ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਬਰ 'ਤੇ। ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਰੱਜ ਖੁਸ਼ੀ ਹੋਵੋਗੇ, ਖੁਸ਼ ਹੋਵੋਗੇ। ਅਤੇ ਧੰਨਵਾਦ ਸਾਡੀ ਵੀਡੀਓ ਵੇਖਣ ਦਾ ਤੁਹਾਡਾ। ਇਸ ਤਰ੍ਹਾਂ ਹੀ ਵੀਡੀਓ ਵੇਖਦੇ ਰਹੋ, ਚੈਨਲ ਨੂੰ ਸਪੋਰਟ ਕਰਦੇ ਰਹੋ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਹਾਂ ਕਰੇਲੇ। ਇਹ ਕਰੇਲੇ ਆਪਾਂ ਛਿੱਲ ਕੇ ਸਾਫ਼ ਕਰ ਲਏ ਆ। ਇਹਨਾਂ ਨੂੰ ਲੂਣ ਵੀ ਆਪਾਂ ਲਾ ਕੇ ਚੰਗੀ ਤਰ੍ਹਾਂ ਧੋ ਕੇ ਨਿਚੋੜ ਲਏ ਆ। ਅਤੇ ਕਰੇਲਿਆਂ ਦੀ ਵੀਡੀਓ ਆਪਾਂ ਪਾਈ ਆ ਅੱਗੇ, ਅਤੇ ਅੱਜ ਆਪਾਂ ਪਾਵਾਂਗੇ ਇਹਨਾਂ ਛਿਲਕਿਆਂ ਦੀ ਵੀਡੀਓ। ਇਹ ਆਪਣੀ ਉਦਣ ਅਧੂਰੀ ਰਹਿ ਗਈ ਸੀ, ਛਿਲਕਿਆਂ ਦੀ ਵੀਡੀਓ ਤੁਹਾਨੂੰ ਨਹੀਂ ਵਿਖਾਈ ਗਈ। ਅਤੇ ਅੱਜ ਆਪਾਂ ਛਿਲਕਿਆਂ ਨੂੰ ਲਾਉਂਦੇ ਤੜਕਾ। ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਲੂਣ ਲਾ ਕੇ ਧੋ ਕੇ ਚੰਗੀ ਤਰ੍ਹਾਂ ਇਹਦਾ ਪਾਣੀ ਕੌੜਾ ਕੱਢ ਲਿਆ। ਇਹਦੇ ਵਿੱਚ ਆਪਾਂ ਪਾਵਾਂਗੇ ਆਪਾਂ 3-4 ਗੰਢੇ, 2 ਆਲੂ ਪਾਵਾਂਗੇ, ਇਹਦੇ 3-4 ਹਰੀਆਂ ਮਿਰਚਾਂ ਪਾਵਾਂਗੇ। ਆਪਾਂ ਇਹਨਾਂ ਨੂੰ ਕੱਟ ਲੈਂਦੇ ਹਾਂ। ਇਸ ਤਰ੍ਹਾਂ ਲੰਮੇ ਲੰਮੇ ਸਲਾਈਸ ਆਪਾਂ ਗੰਢੇ ਕੱਟ ਲਾਂਗੇ। ਹਰੀਆਂ ਮਿਰਚਾਂ ਕੱਟ ਲਈਆਂ ਆਪਾਂ, ਤੇ ਗੰਢੇ ਵੀ ਕੱਟ ਲਏ ਲੰਮੇ ਲੰਮੇ ਸਲਾਈਸ, ਤੇ ਹੁਣ ਆਪਾਂ ਆਲੂ ਕੱਟ ਲਈਏ। ਬਹੁਤ ਹੀ ਸਵਾਦ ਛਿੱਲਾਂ ਦੀ ਸਬਜ਼ੀ ਬਣਦੀ ਆ, ਤੇ ਇੱਕ ਵਾਰੀ ਬਣਾ ਕੇ ਖਾ ਕੇ ਦੱਸਿਓ ਤੁਸੀਂ। ਗੈਸ ਆਪਾਂ ਬਾਲ ਲਿਆ, ਉੱਤੇ ਰੱਖਾਂਗੇ ਆਪਾਂ ਲੋਹੇ ਦੀ ਕੜਾਈ। ਲੋਹੇ ਦੀ ਕੜਾਈ ਵਿੱਚ ਆਪਾਂ ਬਣਾਵਾਂਗੇ ਕਰੇਲਿਆਂ ਦੇ ਛਿਲਕਿਆਂ ਦੀ ਸਬਜ਼ੀ। ਕੜਾਈ ਆਪਣੀ ਗਰਮ ਹੋ ਗਈ, ਇਹਦੇ ਵਿੱਚ ਪਾ ਲਾਂਗੇ ਆਪਾਂ ਸਰੋਂ ਦਾ ਤੇਲ। ਤੇਲ ਆਪਣਾ ਗਰਮ ਹੋ ਗਿਆ, ਇਹਦੇ ਵਿੱਚ ਪਾ ਲਾਂਗੇ ਆਪਾਂ ਥੋੜ੍ਹਾ ਜਿਹਾ ਜੀਰਾ। ਜੀਰਾ ਆਪਣਾ ਲਾਲ ਹੋ ਗਿਆ, ਇਹਦੇ ਵਿੱਚ ਪਾਵਾਂਗੇ ਆਪਾਂ ਪਿਆਜ਼। ਪਿਆਜ਼ ਪਾਵਾਂਗੇ ਜਿਹੜੇ ਆਪਾਂ ਲੰਮੇ ਲੰਮੇ ਕੱਟ ਕੇ ਲਏ ਆ, ਨਾਲ ਹੀ ਹਰੀਆਂ ਮਿਰਚਾਂ ਪਾ ਦਾਂਗੇ। ਗੰਢੇ ਆਪਾਂ ਥੋੜ੍ਹੇ ਜਿਹੇ ਬਰਾਊਨ ਕਰਾਂਗੇ, ਇਹਨੇ ਕੁ ਭੁੰਨਾਂਗੇ ਕਿ ਇਹਨਾਂ ਦਾ ਕਲਰ ਬਰਾਊਨ ਜਿਹਾ ਹੋ ਜਾਵੇ, ਅਤੇ ਫਿਰ ਆਪਾਂ ਪਾਵਾਂਗੇ ਵਿੱਚ ਛਿਲਕੇ। ਆਲੂ ਦੇ ਆਪਣੇ ਪਿਆਜ਼ ਜਿਹੜੇ ਆ ਬਰਾਊਨ ਹੋ ਗਏ ਆ, ਭੁੱਜ ਚੁੱਕੇ ਆ, ਇਹਨਾਂ ਦਾ ਵੇਖੋ ਕਲਰ ਬਦਲ ਗਿਆ। ਅਤੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਕਰੇਲਿਆਂ ਦੇ ਛਿਲਕੇ, ਇਹ ਵੀ ਨਾਲ ਭੁੰਨ ਲਾਂਗੇ ਚੰਗੀ ਤਰ੍ਹਾਂ। ਇਹਨਾਂ ਦੇ ਬਹੁਤ ਫਾਇਦੇ ਆ ਛਿਲਕਿਆਂ ਦੇ, ਇਹਨਾਂ ਦੀ ਸਬਜ਼ੀ ਬਣਾਇਆ ਕਰੋ, ਇਹ ਸੁੱਟਿਆ ਨਾ ਕਰੋ। ਅਸੀਂ ਤਾਂ ਕਦੇ ਵੀ ਨਹੀਂ ਕਰੇਲਿਆਂ ਦੇ ਛਿਲਕੇ ਸੁੱਟੇ। ਇਹ ਬਹੁਤ ਸਵਾਦ ਭੁਰਜੀ ਬਣਦੀ ਹੈ ਇਹਨਾਂ ਦੀ, ਇੱਕ ਦਵਾਈ ਵੀ ਬਣ ਜਾਂਦੀ ਹੈ ਬੀਪੀ ਸ਼ੂਗਰ ਵਾਸਤੇ, ਕਿਉਂਕਿ ਇਹ ਕੌੜ ਹੁੰਦੀ ਹੈ, ਕੌੜ ਖਾਣੀ ਵਧੀਆ ਹੁੰਦੀ ਸਰੀਰ ਵਾਸਤੇ। ਕੌੜ ਖਾਣ ਦੇ ਨਾਲ ਜਿਹੜੀ ਆਪਾਂ ਰੋਟੀ ਖਾਂਦੇ ਹਾਂ ਉਹ ਵੀ ਆਪਾਂ ਨੂੰ ਪਚ ਜਾਂਦੀ ਹੈ। ਕੌੜ ਕਰਾਰ ਖਾਇਆ ਕਰੋ, ਮੇਥੀ ਦਾਣਾ ਖਾਇਆ ਕਰੋ, ਸ਼ੂਗਰ ਬੀਪੀ ਬਹੁਤ ਵਧੀਆ ਰਹਿੰਦਾ, ਬਹੁਤ ਵਧੀਆ ਰਿਜ਼ਲਟ ਮਿਲਦਾ ਇਹਨਾਂ ਚੀਜ਼ਾਂ ਤੋਂ। ਅਤੇ ਆਹ ਛਿਲਕੇ ਤਾਂ ਬਹੁਤ ਹੀ ਵਧੀਆ ਚੀਜ਼ ਹੈ ਨਾ, ਇਹ ਤੁਸੀਂ ਬਣਾ ਕੇ ਖਾ ਲਿਓ, ਕਰੇਲਿਆਂ ਨਾਲ ਵੱਧ ਗੁਣ ਛਿਲਕਿਆਂ ਦੇ। ਛਿਲਕੇ ਦੇ ਗੰਢੇ ਆਪਣੇ ਚੰਗੀ ਤਰ੍ਹਾਂ ਭੁੱਜ ਕੇ, ਅਤੇ ਇਹਦੇ ਵਿੱਚ ਆਪਾਂ ਪਾਵਾਂਗੇ ਸਵਾਦ ਅਨੁਸਾਰ ਲੂਣ। ਪਾਵਾਂਗੇ ਹਲਦੀ, ਕਲਰ ਵਾਸਤੇ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਗਰਮ ਮਸਾਲਾ। ਪਾ ਦਾਂਗੇ ਆਲੂ, ਦੋ ਜਿਹੜੇ ਕੱਟ ਕੇ ਲਏ ਸੀ,
ਇਹ ਛਿਲਕੇ ਗਰਮ ਹੁੰਦੇ ਆ ਤੇ ਵਿੱਚ ਆਲੂ ਪਾ ਦੋ ਤੇ ਇਹਨਾਂ ਦਾ ਬੈਲਸ ਬਣ ਜਾਂਦਾ ਵਧੀਆ। ਤੇ ਆਲੂ ਆਪਾਂ ਤਾਂ ਪਾਉਂਦੇ ਹਾਂ, ਥੋੜ੍ਹਾ ਜਿਹਾ ਆਪਾਂ ਚਾਟ ਮਸਾਲਾ ਪਾਵਾਂਗੇ, ਇਹਦੇ ਨਾਲ ਸਬਜ਼ੀ ਬਹੁਤ ਕਰਾਰੀ ਬਣੂਗੀ। ਅਤੇ ਆਹ ਵੇਖੋ ਸਬਜ਼ੀ ਸਬਜ਼ੀ ਆਪਣੀ ਬਣ ਗਈ ਆ, ਅਤੇ ਵੇਖੋ ਕਿੰਨੀ ਸੋਹਣੀ ਬਣੀ ਆ। ਅਤੇ ਆਪਾਂ ਕੱਢ ਲੈਂਦੇ ਹਾਂ ਇੱਕ ਬਾਉਲ ਦੇ ਵਿੱਚ। ਅਤੇ ਆਲੋ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਆ ਛਿਲਕਿਆਂ ਦੀ। ਇੱਕ ਵਾਰੀ ਬਣਾ ਕੇ ਖਾ ਕੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ, ਫਿਰ ਤੁਸੀਂ ਕਦੀ ਵੀ ਕਰੇਲਿਆਂ ਦੇ ਛਿਲਕੇ ਨਹੀਂ ਸੁੱਟੋਗੇ। ਅਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਅਤੇ ਸਬਸਕ੍ਰਾਈਬ ਵੀ ਕਰਿਓ। ਅਤੇ ਮਿਲਦੇ ਹਾਂ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ ਲਈ ਰੱਬ ਰਾਖਾ।